ਹੈਲੋ एवरीवन ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਸਰਵ ਸਟਡੀ ਕਲਾਸਸ ਦੇ ਉੱਪਰ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਆਪਣੇ ਪੰਜਾਬੀ ਸਾਹਿਤ ਦੇ ਬਹੁਤ ਹੀ ਪ੍ਰਸਿੱਧ ਵਾਰਤਕਕਾਰ ਸਰਦਾਰ ਕਪੂਰ ਸਿੰਘ ਜਿਹੜੇ ਸਰਦਾਰ ਕਪੂਰ ਸਿੰਘ ਹੈ ਇਹਨਾਂ ਦਾ ਆਪਣੇ ਪੰਜਾਬੀ ਵਾਰਤਕ ਦੇ ਖੇਤਰ ਦੇ ਵਿੱਚ ਬਹੁਤ ਹੀ ਬੜਮੁੱਲਾ ਯੋਗਦਾਨ ਹੈ ਇਹ ਆਪਾਂ ਨੂੰ ਮਾਸਟਰ ਕੈਡਰ ਔਰ ETT ਠੀਕ ਹੈ ਜੀ ਮਾਸਟਰ ਕੈਡਰ ਔਰ ETT ਦੇ ਸਿਲੇਬਸ ਦੇ ਵਿੱਚ ਲੱਗੇ ਹੋਏ ਹੈ ਤਾਂ ਅੱਜ ਆਪਾਂ ਨਵਰੇ ਕਰਦੇ ਆ ਜੀ ਮੁੱਢਲੀ ਜਾਣਕਾਰੀ ਹਾਸਲ ਸਰਦਾਰ ਕਪੂਰ ਸਿੰਘ ਜੀ ਬਾਰੇ ਤਾਂ ਸਰਦਾਰ ਕਪੂਰ ਸਿੰਘ ਆਈਏਐਸ ਪਹਿਲਾਂ ਤਾਂ ਤੁਸੀਂ ਇਹਨਾਂ ਦੇ ਨਾਮ ਤੋਂ ਯਾਦ ਰੱਖਣਾ ਕਿ ਕਪੂਰ ਸਿੰਘ ਰਾਈਟਰ ਆਪਣੇ ਕੋਲੇ ਲੇਖਕ ਹੋਰ ਵੀ ਬਹੁਤ ਨੇ ਪਰ ਅਗਰ ਤੁਹਾਡੇ ਕੋਲੇ ਸਰਦਾਰ ਕਪੂਰ ਸਿੰਘ ਆਈਏਐਸ ਆਉਂਦਾ ਹੈ ਤਾਂ ਤੁਸੀਂ ਇਨਾਂ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਉਹਨੂੰ ਤੁਸੀਂ ਗ੍ਰੈਂਡ ਕਰਨਾ ਹੈ ਤੇ ਉਹਨੂੰ ਉਸੇ ਦੇ ਬੇਸ ਤੇ ਤੁਸੀਂ ਕੁਐਸਚਨ ਜਿਹੜੇ ਆ अटेम्प्ट ਕਰਨੇ ਆ ਠੀਕ ਹੈ ਜੀ ਤਾਂ ਦੇਖਦੇ ਆ ਜੀ ਆਪਾਂ ਇਹਨਾਂ ਬਾਰੇ ਜਿਹੜੀ ਮੁੱਢਲੀ ਜਾਣਕਾਰੀ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਜੀ ਇਹਨਾਂ ਦਾ ਜੀਵਨ ਕਾਲ ਇਹਨਾਂ ਦਾ ਜਿਹੜਾ ਜੀਵਨ ਕਾਲ ਹੈ 1909 ਤੋਂ ਲੈ ਕੇ 1986 ਈਸਵੀ ਤੱਕ ਹੈ ਅੱਗੇ ਦੇਖਦੇ ਆ ਜੀ ਆਪਾਂ ਇਹਨਾਂ ਦਾ ਜਨਮ ਸਥਾਨ ਇਹਨਾਂ ਦਾ ਜਨਮ ਸਥਾਨ ਪਿੰਡ ਚੱਕ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੈ ਕਈ ਥਗਾਂ ਤੇ ਤੁਹਾਨੂੰ ਪਿੰਡ ਦਾ ਨਾਮ ਜਗਰਾਉਂ ਵੀ ਮਿਲੇਗਾ ਤੋ ਦੋਨੋਂ ਕੁਐਸਚਨ ਤੁਸੀਂ ਪੇਪਰ ਦੇ ਪੁਆਇੰਟ ਆਫ 뷰 ਤੋਂ ਯਾਦ ਰੱਖਣੇ ਆ ਜੀਵਨ ਕਾਲ 1909 ਤੋਂ ਲੈ ਕੇ 1986 ਔਰ ਜਿਹੜਾ ਤੁਹਾਡੇ ਕੋਲੇ ਪਿੰਡ ਹੈ ਉਹ ਆਪਣੇ ਕੋਲ ਹੈਗਾ ਜੀ ਚੱਕ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਪੈਂਦਾ ਜਗਰਾਉਂ ਦੇ ਵਿੱਚ ਅੱਗੇ ਦੇਖਦੇ ਆ ਜੀ ਇਹਨਾਂ ਦੇ ਪਿਤਾ ਦਾ ਨਾਮ ਤੇ ਮਾਤਾ ਜੀ ਦਾ ਨਾਮ ਇਹਨਾਂ ਦੇ ਪਿਤਾ ਦਾ ਨਾਮ ਹੈ ਜੀ ਸਰਦਾਰ ਦੀਦਾਰ ਸਿੰਘ ਢਾਲੀਵਾਲ ਮਾਤਾ ਦਾ ਨਾਮ ਹੈ ਜੀ ਹਰਨਾਮ ਕੌਰ ਨੈਕਸਟ ਜਿਹੜਾ ਪੇਪਰ ਦੇ ਪੁਆਇੰਟ ਆ ਵੀ ਤੁਹਾਡਾ ਕੁਐਸਚਨ ਬੰਦਾ ਹੀ ਬੰਦਾ ਆਪਣੇ ਕੋਲ ਹੁੰਦਾ ਹੈ ਪੜਾ ਤੇ ਕਾਲ ਕਿ ਸਰਦਾਰ ਕਪੂਰ ਸਿੰਘ ਕਿਹੜੇ ਪੜਾ ਦੇ ਕਵੀ ਹੈ ਕਿਹੜੇ ਕਾਲ ਦੇ ਕਵੀ ਹੈ ਤਾਂ ਰਜ਼ਿੰਦਰ ਸਿੰਘ ਸੇਖੋਂ ਦੇ ਅਨਸਾਰ ਇਹ ਆਪਣੇ ਕੋਲੇ ਤੀਸਰੇ ਪੜਾ ਦੇ ਕਵੀ ਨੇ ਤੇ ਕਾਲ ਕਰਪਾਲ ਸਿੰਘ ਕੁਸੇਲ ਦੇ ਅਨਸਾਰ ਇਹ ਨਵੀਨ ਕਾਲ ਦੇ ਵਰਤਕਰਨ ਨੇ ਠੀਕ ਹੈ ਤੁਸੀਂ ਯਾਦ ਰੱਖਣਾ ਹੈ ਕਿਹੜੇ ਪੜਾ ਦੇ ਵਰਤਕਰਨ ਨੇ ਤੀਸਰੇ ਦੇ ਤੇ ਕਿਹੜੇ ਕਾਲ ਦੇ ਵਰਤਕਰਨ ਨੇ ਨਵੀਨ ਕਾਲ ਦੇ ਅੱਗੇ ਦੇਖਦੇ ਹਾਂ ਜੀ ਆਪਾਂ ਇਹਨਾਂ ਨੂੰ ਕਿਹੜੀ ਕਿਹੜੀ ਭਾਸ਼ਾ ਦਾ ਗਿਆਨ ਹੈ ਜ ਇਹਨਾਂ ਦੀਆਂ ਰਚਨਾਵਾਂ ਦੇ ਉੱਪਰ ਕਿਹੜੀ ਭਾਸ਼ਾ ਦਾ ਪ੍ਰਭਾਵ ਹੈ ਤਾਂ ਦੇਖੋ ਜੀ ਜਿਹੜੀ ਇਹਨਾਂ ਦੀ ਮਤਲਬ ਇਹਨਾਂ ਨੂੰ ਗਿਆਨ ਹੈ ਉਹ ਅਰਬੀ ਫਾਰਸੀ ਸੰਸਕ੍ਰਿਤ ਔਰ ਅੰਗਰੇਜ਼ੀ ਇਹਨਾਂ ਭਾਸ਼ਾਵਾਂ ਦਾ ਇਹਨਾਂ ਨੂੰ ਗਿਆਨ ਹੈ ਜੀ ਕਿਹੜੀ ਕਿਹੜੀ ਭਾਸ਼ਾ ਦਾ ਇਹਨਾਂ ਨੂੰ ਗਿਆਨ ਹੈ ਜੀ ਅਰਬੀ ਫਾਰਸੀ ਸੰਸਕ੍ਰਿਤ ਤੇ ਅੰਗਰੇਜ਼ੀ ਇਹਨਾਂ ਨੇ ਜ਼ਿਆਦਾਤਰ ਰਚਨਾ ਪੰਜਾਬੀ ਦੇ ਵਿੱਚ ਹੀ ਕੀਤੀ ਹੈ ਤੇ ਪੰਜਾਬੀ ਵਾਲੀ ਰਚਨਾ ਦੇ ਵਿੱਚ ਇਨਾਂ ਭਾਸ਼ਾਵਾਂ ਦੇ ਸ਼ਬਦਾਂ ਦੀ ਭਰਮਾਰ ਹੈ ਓਬਵੀਅਸਲੀ ਜਦੋਂ ਆਪਣੇ ਕੋਲੇ ਲੇਖਕ ਨੂੰ ਇਨਾਂ ਭਾਸ਼ਾਵਾਂ ਦਾ ਗਿਆਨ ਹੈ ਤਾਂ ਕਿਤੇ ਨਾ ਕਿਤੇ ਰਚਨਾ ਕਰਨ ਲੱਗੇ ਇਨਾਂ ਸ਼ਬਦਾਂ ਦੀ ਵਰਤੋਂ ਤਾਂ ਕਰੇਗਾ ਹੀ ਤਾਂ ਹੀ ਕਰਕੇ ਇਨਾਂ ਦੀ ਭਾਸ਼ਾ ਦੇ ਵਿੱਚ ਇਨਾਂ ਦੀ ਪੰਜਾਬੀ ਦੀ ਵਾਰਤਕ ਰਚਨਾ ਦੇ ਵਿੱਚ ਅਰਬੀ ਫਾਰਸੀ ਸੰਸਕ੍ਰਿਤ ਤੇ ਅੰਗਰੇਜ਼ੀ ਦੇ ਸ਼ਬਦਾਂ ਦੀ ਭਰਮਾਰ ਜਿਹੜੀ ਹੈ ਉਹ ਹੈਗੀ ਹੈ ਠੀਕ ਹੈ ਤੁਸੀਂ ਯਾਦ ਰੱਖਣਾ ਪੇਪਰ ਦੇ ਪੁਆਇੰਟ ਆਫ 뷰 ਦੇ ਨਾਲ ਕਿ ਸਰਦਾਰ ਕਪੂਰ ਸਿੰਘ ਦੀ ਰਚਨਾ ਦੇ ਉੱਪਰ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦਾ ਪ੍ਰਭਾਵ ਹੈ ਠੀਕ ਹੈ ਜੀ ਅੱਗੇ ਦੇਖਦੇ ਆਪਾਂ ਇਹਨਾਂ ਬਾਰੇ ਹੋਰ ਜਿਹੜੀ ਮਹੱਤਵਪੂਰਨ ਜਾਣਕਾਰੀ ਹੈ ਤਾਂ ਕਰਪੂਰ ਸਿੰਘ ਦੀ ਆਮਦ ਦੇ ਨਾਲ ਪੰਜਾਬੀ ਵਰਤਕ ਦਾ ਜਿਹੜਾ ਖੇਤਰ ਹੈ ਉਹ ਬੌਧਿਕਤਾ ਦੇ ਵੱਲ ਪ੍ਰਵੇਸ਼ ਕਰਦਾ ਹੈ ਠੀਕ ਹੈ ਜੀ ਤਾਂ ਮਤਲਬ ਜਿਹੜੀ ਉਸ ਤੋਂ ਪਹਿਲਾਂ ਦੀ ਵਰਤਕ ਰਚਨਾ ਸੀਗੀ ਉਹਦੇ ਚ ਕਿਤੇ ਨਾ ਕਿਤੇ ਜਿਹੜੀ ਬੌਧਿਕਤਾ ਉਹ ਘੱਟ ਯੂਜ਼ ਹੁੰਦੀ ਸੀ ਪਰ ਜਿਹੜੇ ਕਪੂਰ ਸਿੰਘ ਐ ਇਹਨਾਂ ਨੇ ਰਚਨਾ ਕਰਕੇ ਪੰਜਾਬੀ ਵਾਰਤਕ ਦੇ ਖੇਤਰ ਦੇ ਵਿੱਚ ਜਿਹੜੀ ਬੌਧਿਕਤਾ ਗਈ ਉਹ ਉਹਨੂੰ ਮਤਲਬ ਲੈ ਕੇ ਆਂਦਾ ਹੈਗਾ ਠੀਕ ਹੈ ਜੀ ਤੱਕ ਸਰਦਾਰ ਕਪੂਰ ਸਿੰਘ ਆਈਏਐਸ ਮਤਲਬ ਬੌਧਿਕ ਰਚਨਾ ਕਰਦੇ ਐ ਜਿਹੜੀ ਕਿ ਜਿਹੜੇ ਮਤਲਬ ਬੌਧਿਕ ਕਿਸਮ ਦੇ ਪਾਠਕ ਆ ਉਹਨਾਂ ਦੀ ਸਮਝ ਦੇ ਵਿੱਚ ਆਉਂਦੀ ਐ ਤਾਂ ਉਹਨਾਂ ਦੀ ਸ਼ੈਲੀ ਜਿਹੜੀ ਹੈਗੀ ਉਹ ਬੌਧਿਕਤਾ ਵਾਲੀ ਐ ਤਾਂ ਆਪਾਂ ਦੇਖਦੇ ਆਂ ਨਾ ਬਾਰੇ ਕਿ ਕੀ ਚੀਜ਼ ਐ ਇਹ ਕਪੂਰ ਸਿੰਘ ਦੀ ਆਮਦ ਦੇ ਨਾਲ ਪੰਜਾਬੀ ਵਾਰਤਕ ਵਿੱਚ ਬૌਧਿਕ ਤੇ ਦਾਰਸ਼ਨਿਕ ਰੂਪ ਵਾਲੀ ਸ਼ੈਲੀ ਦਾ ਉਦੇ ਹੁੰਦਾ ਹੈ ਕੁਐਸਚਨ ਬਣ ਸਕਦਾ ਹੈ ਕਿ ਸਰਦਾਰ ਕਪੂਰ ਸਿੰਘ ਦੇ ਆਮਦ ਦੇ ਨਾਲ ਕਿਹੜੀ ਸ਼ੈਲੀ ਦਾ ਉਦੇ ਹੁੰਦਾ ਹੈ ਤਾਂ ਤੁਸੀਂ ਯਾਦ ਰੱਖਣਾ ਜੀ ਬૌਧਿਕ ਤੇ ਦਾਰਸ਼ਨਿਕ ਰੂਪ ਵਾਲੀ ਠੀਕ ਹੈ ਜੀ ਅੱਗੇ ਹੈਗਾ ਜੀ ਪਹਿਲੀ ਵਾਰ ਪੰਜਾਬੀ ਨਿਵੰਦ ਕਲਾ ਦੇ ਵਿੱਚ ਪ੍ਰੋੜ ਰੂਪ ਦੀ ਬૌਧਿਕ ਤੇ ਸੁਗਿਆਨ ਸ਼ੈਲੀ ਦਾ ਵਾਧਾ ਹੋਇਆ ਤਾਂ ਕਪੂਰ ਸਿੰਘ ਦੇ ਆਉਣ ਨਾਲ ਕੀ ਹੋਇਆ ਪੰਜਾਬੀ ਨਿਵੰਦ ਕਲਾ ਦੇ ਵਿੱਚ ਪ੍ਰੋੜ ਰੂਪ ਦੀ ਬૌਧਿਕ ਸੁਗਿਆਨ ਸ਼ੈਲੀ ਦਾ ਵਾਧਾ ਪ੍ਰੋਡ ਰੂਪ ਦੀ ਬৌਧਿਕ ਹੋਣ ਦਾ ਕੀ ਮਤਲਬ ਹੈ ਪ੍ਰੋਡ ਮਤਲਬ ਮੈਜਰ ਮੈਚورٹی ਲੈਵਲ ਵਾਲੀ ਜਿਹੜੀ ਆਪਣੇ ਕੋਲੇ ਬৌਧਿਕ ਹੈ ਮਤਲਬ ਬਹੁਤ ਹੀ ਤਿੱਖਣ ਬੁੱਧੀ ਵਾਲੀ ਜਿਹੜੀ ਰਚਨਾ ਉਹਨਾਂ ਨੇ ਕੀਤੀ ਹੈ ਤੇ ਨਾਲ ਹੋਰ ਕਿਹੜੀ ਸ਼ੈਲੀ ਦਾ ਵਾਧਾ ਹੋਇਆ ਸੁਗਿਆਨ ਦਾ ਸੁਗਿਆਨ ਦਾ ਮਤਲਬ ਜਿਹੜਾ ਜਿਹਦੇ ਵਿੱਚ ਵਿਗਿਆਨ ਦਾ ਯੂਜ਼ ਹੋ ਰਿਹਾ ਸਾਇੰਸ ਦਾ ਯੂਜ਼ ਹੋ ਰਿਹਾ ਤਾਂ ਇਹ ਤੁਸੀਂ ਇਹਨਾਂ ਵਸਤੇ ਕੋਟੇਸ਼ਨ ਜਿਹੜੀ ਹੈਗੀ ਹੈ ਯਾਦ ਰੱਖਣੀ ਹੈ ਕਿ ਇਹਨਾਂ ਦੀ ਆਮਦ ਦੇ ਨਾਲ ਪ੍ਰੋਡ ਰੂਪ ਦੀ ਬৌਧਿਕ ਤੇ ਸੁਗਿਆਨ ਸ਼ੈਲੀ ਦਾ ਵਾਧਾ ਹੋਇਆ ਹੈ ਇਨਾਂ ਦੀ ਜਿਹੜੀ ਵਾਰਤਕ ਰਚਨਾ ਹੈ ਉਹਦੇ ਵਿੱਚ ਕਿਸ ਚੀਜ਼ ਬਾਰੇ ਜਾਣਕਾਰੀ ਦਿੱਤੀ ਗਈ ਹੈ ਦਰਸ਼ਨ ਫਲਸਫੀ ਆਧੁਨਿਕ ਗਿਆਨ ਵਿਗਿਆਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਹਨਾ ਤਾਂ ਜਦੋਂ ਬૌਧਿਕ ਦਿਸ਼ਾ ਪ੍ਰਦਾਨ ਕੀਤੀ ਹੈ ਤਾਂ ਉਹਦੇ ਵਿੱਚ ਫਲਸਫੀ ਹੈ ਦਰਸ਼ਨ ਹੈ ਗਿਆਨ ਵਿਗਿਆਨ ਇਹ ਤਾਂ ਹੋਏਗਾ ਹੀ ਠੀਕ ਜੀ ਆਪਨੇ ਵਾਰਤਕ ਵਿੱਚ ਬૌਧਿਕ ਤੇ ਵਿਆਖਿਆਮਈ ਵਾਰਤਕ ਦੀ ਰਚਨਾ ਕੀਤੀ ਹੈ ਬૌਧਿਕ ਵੀ ਹੈ ਪਲੱਸ ਵਿਆਖਿਆਮਈ ਵੀ ਹੈ ਕੀ ਹੈ ਤਾਂ ਜਦੋਂ ਇਹਨਾਂ ਦੀ ਰਚਨਾ ਦੇ ਵਿੱਚ ਹੁਣ ਫਲਸਫੀ ਹੈ ਗਿਆਨ ਵਿਗਿਆਨ ਹੈ ਤਾਂ ਆਬੀਅਸਲੀ ਇਹ ਬੌਧਿਕ ਪਾਠਕਾਂ ਤੱਕ ਹੀ ਸੀਮਤ ਰਹਿੰਦੀ ਹੈ ਤਾਂ ਜਿਹੜੇ ਪਾਠਕਾਂ ਨੂੰ ਸਮਝ ਆਉਂਦੀ ਹੈ ਉਹੀ ਇਹਦੀ ਰਚਨਾ ਨੂੰ ਪੜ੍ਹਨਗੇ ਜਿਸ ਪਰਸਨ ਨੂੰ ਜਿਹਨੂੰ ਸਮਝ ਨਹੀਂ ਆ ਰਹੀ ਰਚਨਾ ਦੀ ਤਾਂ ਉੱਥੇ ਹੀ ਛੱਡ ਦਿੰਦਾ ਹੈ ਤਾਂ ਹੀ ਕਰਕੇ ਇਹਨਾਂ ਦੀ ਰਚਨਾ ਜਿਹੜੀ ਹੈਗੀ ਉਹ ਬੌਧਿਕ ਪਾਠਕਾਂ ਤੱਕ ਸੀਮਤ ਰਹੀ ਹੈ ਅੱਗੇ ਇਹਨਾਂ ਦੇ ਲਈ ਬਹੁਤ ਹੀ ਮੋਸਟ ਦੀ ਇੰਪੋਰਟੈਂਟ ਜਿਹੜੀ ਹੈਗੀ ਇਹ ਟਿੱਪਣੀ ਹੈ ਇਹ ਟਿੱਪਣੀ ਕੀ ਹੈ ਡਾਕਟਰ ਮਨਮੋਹਨ ਸਿੰਘ ਆਪਣੇ ਪੰਜਾਬੀ ਦੇ ਵਿਦਵਾਨ ਹੈ ਜੀ ਡਾਕਟਰ ਮਨਮੋਹਨ ਸਿੰਘ ਤਾਂ ਉਹਨਾਂ ਨੇ ਸਰਦਾਰ ਕਪੂਰ ਸਿੰਘ ਨੂੰ ਬੁੱਧੀਜੀਵੀ ਲੇਖਕ ਕਿਹਾ ਬਹੁਤ ਹੀ ਇੰਪੋਰਟੈਂਟ ਹੈ ਜਿੰਨਾ ਵੀ ਇੰਪੋਰਟੈਂਟ ਇਹਨੂੰ ਕਹਿ ਲੋ ਇਹ ਉਨਾ ਹੀ ਇੰਪੋਰਟੈਂਟ ਹੈ ਕਿ ਸਰਦਾਰ ਕਪੂਰ ਸਿੰਘ ਨੂੰ ਬੁੱਧੀਜੀਵੀ ਲੇਖਕ ਕਿन्हਾਂ ਨੇ ਕਿਹਾਗਾ ਡਾਕਟਰ ਮੋਹਨ ਸਿੰਘ ਨੇ ਠੀਕ ਹੈ ਜਾਂ ਡਾਕਟਰ ਮੋਹਨ ਸਿੰਘ ਨੇ ਸਰਦਾਰ ਕਪੂਰ ਸਿੰਘ ਨੂੰ ਕੀ ਕਿਹਾ ਹੈਗਾ ਬੁੱਧੀਜੀਵੀ ਲੇਖਕ ਤਾਂ ਤੁਸੀਂ ਆਪਾਂ ਉੱਪਰੋਂ ਦੇਖ ਹੀ ਰਹੇ ਆ ਤੇ ਇਹਨਾਂ ਨੇ ਬૌਧਿਕ ਰੂਪ ਵਾਲੀ ਜਿਹੜੀ ਵਾਰਤਕ ਸ਼ੈਲੀ ਹੈ ਉਹਦੀ ਰਚਨਾ ਕੀਤੀ ਹੈ ਤਾਂ ਫਿਰ ਆਪਾਂ ਇਹਨਾਂ ਨੂੰ ਬੁੱਧੀਜੀਵੀ ਲੇਖਕ ਹੀ ਕਹਾਂਗੇ ਤਾਂ ਇਹੀ ਚੀਜ਼ ਡਾਕਟਰ ਮੋਹਨ ਸਿੰਘ ਨੇ ਇਹਨਾਂ ਬਾਰੇ ਕਹੀ ਹੈ ਇਹ ਕੋਟੇਸ਼ਨ ਤੁਸੀਂ ਯਾਦ ਰੱਖਣੀ ਹੈ ਅੱਗੇ ਦੇਖਦੇ ਹਾਂ ਜੀ ਆਪਾਂ ਅੱਨਾ ਬਾਰੇ ਜਿਹੜੀ ਅਗਲੀ ਮਹੱਤਵਪੂਰਨ ਜਾਣਕਾਰੀ ਹੈ ਆਪਦੇ ਸਿੱਖ ਮਤਤ ਸੰਬੰਧੀ ਵਿਚਾਰ ਪਰਪੱਕ ਮੌਲਿਕ ਅਤੇ ਕ੍ਰਾਂਤੀਕਾਰੀ ਹਨ ਜਿਹੜੇ ਸਰਦਾਰ ਕਪੂਰ ਸਿੰਘ ਹੈ ਇਹਨਾਂ ਦਾ ਜਿਹੜਾ ਸੰਬੰਧ ਹੈ ਉਹ ਇਸ ਚੀਜ਼ ਨਾਲ ਜੋੜਿਆ ਜਾਂਦਾ ਹੈ ਕਿ ਇਹਨਾਂ ਨੇ ਸਿੱਖ ਮਤਤ ਮਤਲਬ ਸਿੱਖੀ ਦੇ ਬਾਰੇ ਬਹੁਤ ਜ਼ਿਆਦਾ ਰਚਨਾ ਜਿਹੜੀ ਹੈਗੀ ਉਹ ਕੀਤੀ ਹੈ ਠੀਕ ਹੈ ਜੀ ਤਾਂ ਇਹਨਾਂ ਦੇ ਜਿਹੜੇ ਸਿੱਖ ਮਤਤ ਪ੍ਰਤੀ ਵਿਚਾਰ ਆ ਉਹ ਕਿਵੇਂ ਦੇ ਆ ਪਰਪੱਕ ਹੈ ਮੈਚੋਰ ਨੇ ਮੌਲਿਕ ਹੈ ਆਪਣੇ ਵਿਚਾਰਾ ਕਿਸੇ ਦੇ ਧਾਰਨ ਨਹੀਂ ਕੀਤੇ ਹੋਏ ਕ੍ਰਾਂਤੀਕਾਰੀ ਨੇ ਐ ਨਹੀਂ ਹੈਗੇ ਮਤਲਬ ਜੋ ਚੀਜ਼ ਪੜ ਲਈ ਉਹਨੂੰ ਉਵੇਂ ਯੂਜ਼ ਕਰ ਲਿਆ ਆਪਦੇ ਕ੍ਰਾਂਤੀਕਾਰੀ ਮੌਲਿਕ ਵਿਚਾਰ ਹੀ ਰੱਖਦੇ ਨੇ ਸਿੱਖ ਮਤ ਦੇ ਪ੍ਰਤੀ ਇਹਨਾਂ ਕਾਰਨਾ ਕਰਕੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਿੱਖ ਦਰਸ਼ਨ ਦਾ ਉਗਰਵਾਦੀ ਵਿਆਖਿਆਕਾਰ ਬਹੁਤ ਇੰਪੋਰਟੈਂਟ ਹੈ ਇਹ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਸਿੱਖ ਦਰਸ਼ਨ ਦਾ ਉਗਰਵਾਦੀ ਵਿਆਖਿਆਕਾਰ ਕਿਹਨਾਂ ਨੂੰ ਕਿਹਾ ਜਾਂਦਾ ਹੈ ਤਾਂ ਆਪਣੇ ਕੋਲੇ ਕਿਹਾ ਜਾਂਦਾ ਹੈਗਾ ਜੀ ਸਰਦਾਰ ਕਪੂਰ ਸਿੰਘ ਨੂੰ ਅੱਗੇ ਦੇਖਦੇ ਹਾਂ ਜੀ ਆਪਾਂ ਇਹਨਾਂ ਬਾਰੇ ਰਾਜਨੀਤਿਕ ਜਾਣਕਾਰੀ ਠੀਕ ਹੈ ਜੀ ਤਾਂ ਰਾਜਨੀਤਿਕ ਜਾਣਕਾਰੀ ਬਾਰੇ ਦੇਖੋ ਜਿਵੇਂ ਤੁਸੀਂ ਇਹਦਾ ਆਪਾਂ ਇਹਨਾਂ ਦਾ ਨਾਮ ਪੜਿਆ ਤਾਂ ਉਤੋਂ ਹੀ ਤੁਹਾਨੂੰ ਪਤਾ ਚੱਲ ਗਿਆ ਹੋਊਗਾ ਕਿ ਕਪੂਰ ਸਿੰਘ ਆਈਏਐਸ ਤਾਂ ਆਈਏਐਸ ਦੇ ਇਹਨਾਂ ਨੇ ਜੌਬ ਕੀਤੀ ਹੈ ਤਾਂ ਰਾਜਨੀਤੀ ਨਾਲ ਇਹ ਜੁੜੇ ਹੋਏ ਨੇ ਤਾਂ ਰਾਜਨੀਤਿਕ ਜਾਣਕਾਰੀ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਇਹਨਾਂ ਦਾ ਕੀ ਕੀ ਪੁਆਇੰਟ ਆਪਾਂ ਇਹਨਾਂ ਦੇ ਦੇਖ ਰਹੇ ਹਾਂ ਤਾਂ 1931 ਤੋਂ ਲੈ ਕੇ 1962 ਤੱਕ ਇਹ ਡਿਪਟੀ ਕਮਿਸ਼ਨਰ ਯਾਨੀ ਕਿ ਡੀਸੀ ਰਹੇ ਹੈ ਤਾਂ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਕਿਹੜੇ ਵਰਤਕ ਕਾਰਨ ਇਹ ਜਿਹੜੇ ਆਪਣੇ ਕੋਲੇ डीसी ਦੇ ਅਹੁਦੇ ਤੇ ਰਹੇ ਨੇ ਤੋਂ ਆਪਣੇ ਕੋਲ ਸਰਦਾਰ ਕਪੂਰ ਸਿੰਘ ਆਈਏਐਸ ਹੈ 31 ਤੋਂ ਲੈ ਕੇ ਤੁਸੀਂ ਤਰੀਕ ਯਾਦ ਰੱਖਣੀ ਹੈ 31 ਤੋਂ ਲੈ ਕੇ 62 ਤੱਕ ਇਹ ਡਿਪਟੀ ਕਮਿਸ਼ਨਰ ਰਹੇ ਨੇ ਠੀਕ ਹੈ ਜੀ ਅੱਗੇ ਨੈਕਸਟ ਦੇਖੋ ਇਹਨਾਂ ਬਾਰੇ ਜਾਣਕਾਰੀ 62 ਤੋਂ ਲੈ ਕੇ 67 ਤੱਕ ਇਹ ਲੋਕ ਸਭਾ ਚ ਰਹੇ ਨੇ ਫਿਰ 69 ਤੋਂ ਲੈ ਕੇ 72 ਤੱਕ ਇਹ ਵਿਧਾਨ ਸਭਾ ਦੇ ਵਿੱਚ ਰਹੇ ਠੀਕ ਹੈ ਜੀ 31 ਤੋਂ 62 ਡਿਪਟੀ ਕਮਿਸ਼ਨਰ 62 ਤੋਂ 67 ਲੋਕ ਸਭਾ ਦੇ ਵਿੱਚ 63 ਤੋਂ ਲੈ ਕੇ 72 ਤੱਕ ਇਹ ਵਿਧਾਨ ਸਭਾ ਦੇ ਵਿੱਚ ਅਗਲਾ ਪੁਆਇੰਟ ਇੱਥੋਂ ਸ਼ੁਰੂ ਹੁੰਦਾ ਹੈ 1973 ਦੇ ਵਿੱਚ ਕੀ ਹੁੰਦਾ ਹੈ 1973 ਦੇ ਵਿੱਚ ਇਹਨਾਂ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖੀਜ਼ਮ ਦੀ उपाधि ਜਿਹੜੀ ਹੈ ਉਹ ਦਿੱਤੀ ਗਈ ਹੈ ਠੀਕ ਹੈ ਜੀ ਤਾਂ ਇਸ పేਜ ਦੇ ਉੱਪਰ ਤਿੰਨ ਕੁਐਸਚਨ ਡਾਇਰੈਕਟ ਪਏ ਨੇ ਜਿਹੜੇ ਤੁਸੀਂ ਚੰਗੀ ਤਰ੍ਹਾਂ ਕਰਨੇ ਆ ਪਹਿਲੀ ਗੱਲ ਤਾਂ ਇਹਨਾਂ ਨੂੰ ਬੁੱਧੀਜੀਵੀ ਲੇਖਕ ਕਿਹਾ ਜਾਂਦਾ ਹੈ ਕਿੰਨਾਂ ਨੇ ਕਿਹਾ ਡਾਕਟਰ ਮੋਹਨ ਸਿੰਘ ਨੇ ਅਗਲਾ ਇਹਨਾਂ ਨੂੰ ਸਿੱਖ ਦਰਸ਼ਨ ਦੇ ਉਗਰਵਾਦੀ ਵਿਆਖਿਆਕਾਰ ਕਿਹਾ ਜਾਂਦਾ ਹੈ ਤੇ ਥਰਡ ਇਹਨਾਂ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖイズਮ ਦੀ ਉਪਾਧੀ ਮਿਲੀ ਹੈ ਠੀਕ ਹੈ ਜਿਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਇਹ ਸਾਰਾ ਪੇਜ ਮੋਸਟ ਇੰਪੋਰਟੈਂਟ ਹੈ ਤੁਹਾਡੇ ਕੋਲ ਅੱਗੇ ਦੇਖਦੇ ਹਾਂ ਜੀ ਆਪਾਂ ਨਾ ਬਾਰੇ ਇਹਨਾਂ ਦੀਆਂ ਰਚਨਾਵਾਂ ਬਾਰੇ ਕਿ ਇਹਨਾਂ ਨੇ ਕਿਹੜੀਆਂ ਕਿਹੜੀਆਂ ਰਚਨਾਵਾਂ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪੁਆਇੰਟ ਇਹਨਾਂ ਬਾਰੇ ਹੋਰ ਦੱਸ ਦਿੰਨੀ ਹਾਂ ਕਿ ਜਦੋਂ ਇਹ ਡੀਸੀ ਦੇ ਅਹੁਦੇ ਤੇ ਰਹੇ ਹੈਗੇ ਤਾਂ ਇਹਨਾਂ ਨੂੰ ਇੱਕ ਵਾਰੀ ਡੀਸੀ ਦੇ ਅਹੁਦੇ ਤੋਂ ਮੁਅਤਲ ਕੀਤਾ ਗਿਆ ਸੀ ਕਿਉਂ ਕੀਤਾ ਗਿਆ ਸੀ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਉੱਪਰ 300 ਰੁਪਏ ਦੇ ਗਵੰਦਾ ਜਿਹੜਾ ਹੈਗਾ ਇਲਜ਼ਾਮ ਲੱਗਿਆ ਸੀਗਾ ਤਾਂ ਕਰਕੇ ਇਹਨਾਂ ਨੂੰ ਡੀਸੀ ਦੌਰ ਦੇ ਤੋਂ ਇੱਕ ਵਾਰ ਮੌਤਲ ਵੀ ਕੀਤਾ ਗਿਆ ਸੀ ਤੇ ਜਿਹੜੇ ਆਪਣੇ ਪੰਜਾਬੀ ਦੇ ਵਿਦਵਾਨ ਨੇ ਗੰਡਾ ਸਿੰਘ ਠੀਕ ਹੈ ਜੀ ਤਾਂ ਉਹਨਾਂ ਨੇ ਉਸ ਸਮੇਂ ਦੇ ਵਿੱਚ ਜਦੋਂ ਇਹਨਾਂ ਤੇ આરોਪ ਲੱਗਿਆ ਸੀਗਾ ਗਵੰਦਾ ਤਾਂ ਉਹਨਾਂ ਨੇ ਮਤਲਬ ਦਿੱਤੀ ਸੀ ਇਹਨਾਂ ਬਾਰੇ ਕੋਟੇਸ਼ਨ ਕਿ ਜਿਹੜੇ ਇਹਨਾਂ ਤੇ ਲਗਾਏ ਗੇ આરોਪ ਉਹ ਮੰਨ ਕੜਤਾ ਹੈ ਤੇ ਗੈਰ ਕਾਨੂੰਨੀ ਹਨ ਠੀਕ ਹੈ ਜੀ ਇੱਕ ਤੁਸੀਂ ਇਹਨਾਂ ਬਾਰੇ ਇਹ ਐਕਸਟਰਾ ਫੈਕਟਰੀ ਕਹਿ ਲਓ ਪੇਪਰ ਦੇ ਪੁਆਇੰਟ ਆਫ 뷰 ਤੋਂ ਇੰਪੋਰਟੈਂਟ ਨਹੀਂ ਹੈ ਪਰ ਇਹਨਾਂ ਯਾਦ ਕਰਨ ਦੇ ਨਾਲ ਤੁਹਾਨੂੰ ਇਹ ਜ਼ਰੂਰ ਯਾਦ ਰਹੇਗਾ ਕਿ ਜਿਹੜੇ ਸਰਦਾਰ ਆਪਣੇ ਕੋਲੇ ਕਪੂਰ ਸਿੰਘ ਨੇ ਉਹ ਡਿਪਟੀ ਕਮਿਸ਼ਨਰ ਰਹੇ ਨੇ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਯਾਦ ਰੱਖਣ ਵਾਲੀ ਹੈ ਕਿ ਇਹ ਆਪਣੇ ਕੋਲੇ 1947 ਦੇ ਵਿੱਚ ਜਦੋਂ ਆਪਣੇ ਕੋਲੇ ਦੇਸ਼ ਦੀ ਵੰਡ ਹੁੰਦੀ ਹੈ ਤਾਂ ਉਸ ਸਮੇਂ ਦੇ ਵਿੱਚ ਇਹ ਕਾਂਗੜਾ ਦੇ ਡਿਪਟੀ ਕਮਿਸ਼ਨਰ ਸੀਗੇ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ 1947 ਦੇ ਵਿੱਚ ਇਹ ਕਿਹੜੇ ਮਤਲਬ ਦੇਸ਼ ਦੇ ਜਿਹੜੇ ਹੈਗੇ ਆ ਇਹ ਡਿਪਟੀ ਕਮਿਸ਼ਨਰ ਸੀਗੇ ਤੇ ਕਾਂਗੜਾ ਦੇ ਇਹ ਡਿਪਟੀ ਕਮਿਸ਼ਨਰ ਸੀਗੇ ਉਸ ਟਾਈਮ ਦੇ ਵਿੱਚ ਇਹ ਤੁਸੀਂ ਇਹਨਾਂ ਵਧੀਆ ਰਾਜਨੀਤਿਕ ਜਾਣਕਾਰੀ ਦੇ ਵਿੱਚ ਇਹ ਪੁਆਇੰਟ ਜਿਹੜੇ ਹੈਗੇ ਯਾਦ ਰੱਖਣੇ ਆ ਠੀਕ ਜੀ ਅੱਗੇ ਆਪਾਂ ਡਿਸਕਸ ਕਰਦੇ ਆ ਜੀ ਤੁਹਾਡੇ ਕੋਲ ਇਹਨਾਂ ਦੀ ਮਹੱਤਵਪੂਰਨ ਰਚਨਾਵਾਂ ਠੀਕ ਹੈ ਜੀ ਤਾਂ ਦੇਖਦੇ ਆ ਜੀ ਆਪਾਂ ਇਹਨਾਂ ਦੀਆਂ ਮਹੱਤਵਪੂਰਨ ਰਚਨਾਵਾਂ ਸਭ ਤੋਂ ਪਹਿਲੀ ਜਿਹੜੀ ਇਹਨਾਂ ਦੀ ਮੋਸਟ ਇੰਪੋਰਟੈਂਟ ਰਚਨਾ ਹੈਗੀ ਹੈ ਇਹ ਹੈਗੀ ਹੈ ਜੀ ਸप्तसृنگ ਜਿਹੜੀ ਕਿ 1952 ਦੇ ਵਿੱਚ ਆਉਂਦੀ ਹੈ ਸप्तसृنگ ਜਿਵੇਂ ਤੁਹਾਡੇ ਨਾਂ ਤੇ ਪਤਾ ਚੱਲ ਰਿਹਾ ਸप्त ਮਤਲਬ ਕਿਸੇ ਸੱਤ ਸੱਤ ਦੀ ਮਤਲਬ ਗੱਲ ਹੋ ਰਹੀ ਹੈ ਤਾਂ ਇਹਦੇ ਵਿੱਚ ਕੀ ਦੱਸਿਆ ਗਿਆ ਇੱਕਸਾਬ ਦੀ ਇਹਨਾਂ ਦੀ ਜੀਵਨੀਆਂ ਵਾਲੀ ਪੁਸਤਕ ਹੈ ਲੇਖ ਸੰਗ੍ਰਹਿ ਨੇ ਮਤਲਬ ਜੀਵਨੀਆਂ ਦੀ ਫਾਰਮ ਦੇ ਵਿੱਚ ਲੇਖ ਲਿਖੇ ਹੋਏ ਨੇ ਤਾਂ ਇਹਦੇ ਵਿੱਚ ਕੀ ਹੈ ਇਸ ਦੇ ਵਿੱਚ ਸੱਤ ਮਹਾਪੁਰਸ਼ਾਂ ਦੀਆਂ ਜੀਵਨੀਆਂ ਸ਼ਾਮਿਲ ਹਨ ਤੇ ਜਿਹੜੇ ਸੱਤ ਮਹਾਪੁਰਸ਼ ਨੇ ਇਹਨਾਂ ਦੇ ਨਾਮ ਤੁਸੀਂ ਯਾਦ ਕਰ ਲੈਣਾ ਚੰਗੀ ਤਰ੍ਹਾਂ ਪੇਪਰ ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਸੱਤ ਸਿੰਘ ਪੁਸਤਕ ਕਿੰਨਾ ਦੀ ਹੈ ਇਹ ਵੀ ਪੁੱਛਿਆ ਜਾ ਸਕਦਾ ਹੈ ਇਸ ਦੇ ਵਿੱਚ ਕੀ ਸ਼ਾਮਲ ਕੀਤਾ ਗਿਆ ਹੈ ਤੇ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈਗਾ ਕਿ ਇਹ ਕਿੰਨੀ ਈਸਵੀ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਤਾਂ 1952 ਦੇ ਵਿੱਚ ਆਉਂਦੀ ਹੈ ਜ ਇਹਨਾਂ ਦੀ ਸप्त श्रृੰਗ ਤਾਂ ਇਹਦੇ ਵਿੱਚ ਸੱਤ ਮਹਾਪੁਰਸ਼ਾਂ ਦੀਆਂ ਜੀਵਨੀਆਂ ਸ਼ਾਮਲ ਹੈ ਜਿਹੜੇ-ਜਿਹੜੇ ਮਹਾਪੁਰਸ਼ ਸਰਦਾਰ ਰਾਮ ਸਿੰਘ ਕੂਕਾ ਨਿਊਟਨ ਸੰਤ ਫ੍ਰਾਂਸੀਸੀ ਅਸਿਸ ਰੋਜ਼ਾ ਲਕਸ਼ਮਬਰਗ ਸ਼ੰਕਰਚਾਰਿਆ ਮੀਰਾ ਤੇ ਗੌਤਮ ਬੁੱਧ ਇਹਨਾਂ ਸੱਤਾਂ ਦੇ ਨਾਮ ਤੁਸੀਂ ਯਾਦ ਰੱਖਣੇ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਟ੍ਰਿਕ ਨਾਲ ਜਿਹੜਾ ਹੈਗਾ ਤੁਸੀਂ ਇਹਨੂੰ ਯਾਦ ਕਰ ਲੈਣਾ ਹੈ ਇਹ ਇਹਨਾਂ ਦਾ ਜੀਵਨੀਆ ਪ੍ਰਧਾਨ ਨਿਵੰਦ ਸੰਗ੍ਰਹਿ ਹੈ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਸਰਦਾਰ ਕਪੂਰ ਸਿੰਘ ਆਈਏਐਸ ਦਾ ਜੀਵਨੀਆ ਪ੍ਰਧਾਨ ਨਿਵੰਦ ਸੰਗ੍ਰਹਿ ਕਿਹੜਾ ਹੈ ਤਾਂ ਇਹਨਾਂ ਦਾ ਜੀਵਨੀਆ ਪ੍ਰਧਾਨ ਨਿਵੰਦ ਸੰਗ੍ਰਹਿ ਕਿਹੜਾ ਹੈ ਆਪਣੇ ਕੋਲ ਸप्तश्रृंग ਜਿਹੜਾ ਕਿ 1952 ਦੇ ਵਿੱਚ ਆਉਂਦਾ ਹੈ ਤਾਂ ਅੱਗੇ ਆਪਾਂ ਨੇ ਡਿਸਕਸ ਕਰਦੇ ਹਾਂ ਅਗਲੀ ਇਹਨਾਂ ਦੀ ਬਹੁਤ ਹੀ ਪ੍ਰਸਿੱਧ ਪੁਸਤਕ ਪੁੰਦ੍ਰਿਕ ਠੀਕ ਹੈ ਜਿਹੜੀ ਪੁੰਦ੍ਰਿਕ ਪੁਸਤਕ ਹੈ ਇਹ ਜਿਹੜੀ ਭਾਸ਼ਾ ਹੈ ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ ਤਾਂ ਸੰਸਕ੍ਰਿਤ ਭਾਸ਼ਾ ਦੇ ਵਿੱਚ ਇਹਦਾ ਕਈ ਵਾਰੀ ਅਰਥ ਪੁੱਛ ਲਿਆ ਜਾਂਦਾ ਹੈ ਕਿ ਜਿਹੜੀ ਪੁੰਦ੍ਰਿਕ ਪੁਸਤਕ ਆ ਉਹਦਾ ਅਰਥ ਕੀ ਹੈ ਪੁੰਦ੍ਰਿਕ ਦਾ ਅਰਥ ਕੀ ਹੁੰਦਾ ਹੈ ਤਾਂ ਪੁੰਦ੍ਰਿਕ ਦਾ ਅਰਥ ਹੁੰਦਾ ਜੀ ਕਮਲ ਦਾ ਫੁੱਲ ਤਾਂ ਇਹ ਪੁਸਤਕ 1956 ਦੇ ਵਿੱਚ ਆਉਂਦੀ ਹੈ ਜਿਹੜੀ ਸप्तसृੰਗ ਹੈ ਉਹ 52 ਚ ਆਉਂਦੀ ਹੈ ਜਿਹੜੀ ਆਪਣੇ ਕੋਲੇ ਪੁੰਦ੍ਰਿਕ ਹੈ ਇਹ 1956 ਦੇ ਵਿੱਚ ਆਉਂਦੀ ਹੈ ਇਹਦੇ ਵਿੱਚ ਕੀ ਸ਼ਾਮਲ ਕੀਤਾ ਗਿਆ ਇਹਦੇ ਵਿੱਚ 10 ਨਿਬੰਧ ਨੇ ਜੋ ਭਾਰਤ ਦੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਆ ਬਹੁਤ ਇੰਪੋਰਟੈਂਟ ਗੱਲ ਹੈ ਜੀ ਕਿਹਨੂੰ ਪੇਸ਼ ਕਰਦੇ ਆ ਪੰਜਾਬੀ ਸੱਭਿਆਚਾਰ ਨੂੰ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਸਰਦਾਰ ਕਪੂਰ ਸਿੰਘ ਦੀ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਨ ਵਾਲੀ ਪੁਸਤਕ ਜਾਂ ਪੇਸ਼ ਕਰਨ ਵਾਲਾ ਨਿਬੰਧ ਸੰਗ੍ਰਹਿ ਕਿਹੜਾ ਹੈ ਤੋਂ ਆਪਣੇ ਕੋਲੇ ਪੁੰਦ੍ਰਿਕ ਹੈ ਠੀਕ ਹੈ ਜੀ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦਾ ਯਾਦ ਰੱਖਣਾ ਤੇ ਇਹਦੇ ਵਿੱਚ ਜਿਹੜੇ ਇੰਪੋਰਟੈਂਟ ਨਿਬੰਧ ਹੈ ਮਨਾਂ ਦੇ ਅੱਗੇ ਨੇਮ ਲਿਖਿਆ ਹੈ ਕਿਸੇ ਵੀ ਨਿਬੰਧ ਦਾ ਨਾਮ ਲੈ ਕੇ ਪੁੱਛਿਆ ਜਾ ਸਕਦਾ ਹੈ ਵੀ ਇਹ ਕਿਹੜੇ ਆਪਣੇ ਕੋਲੇ ਵਰਤਕਾਰ ਦੇ ਆ ਤੁਸੀਂ ਯਾਦ ਰੱਖਣੇ ਆ ਤਾਂ ਕਿਹ ਕੀ ਨਾਮ ਨੇ ਇਹਦੇ ਧਰਮਪਦ ਭਾਰਤੀ ਨਾਟਕ ਸਤਨਾਮੀ ਸਾਧੂ ਹੇਅਰ ਗਲਿਫ ਹਿਪੋਗੈਂਡਾ ਚਿੱਟਾ ਸੋਨਾ ਪੰਜਾਬ ਦੇ ਲੋਕ ਗੀਤ ਗੁਰੂ ਨਾਨਕ ਨਿਬੰਧ ਮਹਿਨ ਜਦੂ ਠੀਕ ਹੈ ਜੀ ਤਾਂ ਇਹਦੇ ਵਿੱਚੋਂ ਦੇਖੋ ਜੀ ਜਿਹੜੇ ਤੁਸੀਂ ਆ ਦੋ ਆਪਣੇ ਕੋਲੇ ਹੈਗੇ ਨੇ ਨਾ ਹੇਅਰ ਗਲਿਫ ਤੇ ਹਿਪੋਗੈਂਡਾ ਇਹ ਆਪਣੇ ਕੋਲੇ ਬੱਚਿਆਂ ਦੇ ਲਈ ਲਿਖੇ ਹੋਏ ਲੇਖ ਨੇ ਠੀਕ ਹੈ ਜੀ ਪੰਜਾਬ ਦੇ ਲੋਕ ਗੀਤ ਪਤਾ ਹੀ ਹੈ ਕਿ ਲੋਕ ਗੀਤਾਂ ਬਾਰੇ ਜਾਣਕਾਰੀ ਦਿੱਤੀ ਹੋਗੀ ਤਾਂ ਇਹਦੇ ਵਿੱਚੋਂ ਇਹ ਨਿਵੰਧ ਜਿਹੜੇ ਹੈਗੇ ਆ ਇੰਪੋਰਟੈਂਟ ਹੈ ਉਹਨਾਂ ਦੀ ਅੱਗੇ ਤੁਹਾਨੂੰ ਦੱਸਿਆ ਹੋਇਆ ਡਿਟੇਲ ਦਿੱਤੀ ਹੋਈ ਹੈ ਨਾਮ ਦਿੱਤੇ ਹੋਏ ਨੇ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਕਿ ਪੁੰਦ੍ਰਿਕ ਦੇ ਵਿੱਚ ਇਹ ਵਾਲੇ ਜਿਹੜੇ ਨਿਵੰਧ ਨੇ ਆਉਂਦੇ ਆ ਠੀਕ ਹੈ ਜੀ ਅਗਲੀ ਦੇਖਦੇ ਆ ਜੇ ਆਪਾਂ ਨਾਲ ਦੀ ਜਿਹੜੀ ਪ੍ਰਸਿੱਧ ਪੁਸਤਕ ਹੈ ਉਹ ਹੈਗੀ ਬਹੁ ਵਿਸਤਾਰ ਬਹੁ ਵਿਸਤਾਰ ਵੀ ਇਹਨਾਂ ਦੀ ਜਿਹੜੀ ਹੈ 1952 ਦੇ ਵਿੱਚ ਆਉਂਦੀ ਹੈ ਇਹਦੇ ਵਿੱਚ ਵੀ 10 ਨਿਵੰਧ ਨੇ ਜਿਹੜੀ ਪੁੰਦ੍ਰਿਕ ਹੈ ਉਹਦੇ ਵਿੱਚ ਵੀ 10 ਨਿਬੰਧ ਸ਼ਾਮਿਲ ਸੀਗੇ ਜਿਹੜੀ ਬਹੁ ਵਿਸਥਾਰ ਹੈ ਇਹਦੇ ਵਿੱਚ ਵੀ 10 ਨਿਬੰਧ ਆ ਰਹੇ ਨੇ ਠੀਕ ਹੈ ਜਿਹੜੇ 10 ਨਿਬੰਧ ਹੈਗੇ ਆ ਉਹ ਧਰਮ ਤੇ ਇਤਿਹਾਸ ਦੇ ਨਾਲ ਸੰਬੰਧਿਤ ਨੇ ਠੀਕ ਹੈ ਜੀ ਜਿਹੜਾ ਆਪਣੇ ਕੋਲੇ ਸੀਗਾ ਸप्तश्रृंग ਇਹਦੇ ਵਿੱਚ ਜੀਵਨੀਆਂ ਸ਼ਾਮਿਲ ਸੀ ਪੁੰਦ੍ਰਿਕ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ ਬਹੁ ਵਿਸਥਾਰ ਦੇ ਵਿੱਚ ਧਰਮ ਤੇ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੇ ਨਿਬੰਧ ਉਹ ਲਿਖੇ ਗਏ ਆ ਇਹਦੇ ਵਿੱਚ ਜਿਹੜੇ ਅੱਗੇ ਪ੍ਰਸਿੱਧ ਨਿਬੰਧ ਹੈ ਉਹਨਾਂ ਦੇ ਨਾਮ ਮੈਂ ਦਿੱਤੇ ਹੋਏ ਐ ਲੱਖ ਅਗਸਾ ਅਗਾਸੇ ਬਹੁਤ ਹੀ ਇੰਪੋਰਟੈਂਟ ਨਿਬੰਧ ਹੈ ਇਹਨਾਂ ਦਾ ਤੁਹਾਨੂੰ ਪੁੱਛ ਲਿਆ ਜਾਂਦਾ ਹੈ ਕਿ ਲੱਖ ਅਗਸਾ ਅਗਾਸ ਜਿਹੜਾ ਨਿਬੰਧ ਉਹ ਕਿਸ ਤਰ੍ਹਾਂ ਦਾ ਹੈਗਾ ਤਾਂ ਜਿਹੜਾ ਆਪਣੇ ਕੋਲੇ ਲੱਖ ਅਗਸਾ ਅਗਾਸ ਤੁਹਾਡੇ ਕੋਲੇ ਜਿਹੜਾ ਨਿਬੰਧ ਹੈਗਾਗਾ ਇਹ ਵਿਗਿਆਨਿਕ ਨਿਬੰਧ ਹੈ ਤੇ ਕੁਐਸਚਨ ਪੁੱਛਿਆ ਗਿਆ ਸੀ ਇੱਕ ਵਾਰ ਪੇਪਰ ਦੇ ਵਿੱਚ ਕਿ ਪਹਿਲੀ ਵਾਰ ਪੰਜਾਬੀ ਦੇ ਵਿੱਚ ਵਿਗਿਆਨਿਕ ਲੇਖ ਕਿਹੜਾ ਹੈ ਤਾਂ ਆਪਣੇ ਕੋਲ ਆਉਂਦਾ ਜੀ ਲਖ ਲਗਾ ਅਗਸਤ ਅਕਤੂਬਰ ਠੀਕ ਹੈ ਜੀ ਵਿਗਿਆਨਿਕ ਲੇਖ ਹੈ ਇਹ ਪਹਿਲੀ ਵਾਰ ਲਿਖਿਆ ਗਿਆ ਪੰਜਾਬੀ ਭਾਰਤਕ ਦੇ ਖੇਤਰ ਦੇ ਵਿੱਚ ਤਾਂ ਅੱਗੇ ਹੈਗਾ ਜੀ ਗੁਰੂ ਨਾਨਕ ਉਪਦੇਸ਼ ਠੀਕ ਹੈ ਜੀ ਇਹ ਵੀ ਨਵੰਦ ਹੈ ਬਹੁਤ ਵਿਸਥਾਰ ਦੇ ਵਿੱਚ ਅੱਗੇ ਤੁਹਾਡੇ ਕੋਲ ਆ ਜਾਂਦਾ ਜੀ ਪੰਜਾਬ ਸਿੱਖਾਂ ਦਾ ਹਿੰਦੂਸਤਾਨ ਨੂੰ ਤੋਹਫਾ ਇਹ ਵੀ ਆਪਣੇ ਕੋਲੇ ਜਿਹੜਾ ਹੈਗਾ ਨਿਬੰਧ ਹੈ ਅੱਗੇ ਤੁਹਾਡੇ ਕੋਲ ਆਉਂਦਾ ਜੀ ਇਹਦਾ ਇੰਪੋਰਟੈਂਟ ਨਵੰਦ ਜਿਹੜਾ ਹੈਗਾਗਾ ਉਹ ਆਪਣੇ ਕੋਲ ਹੈਗਾ ਜੀ ਮਹਾਰਾਜਾ ਰਣਜੀਤ ਸਿੰਘ ਦੀ ਬਾਸ਼ਾ ਨੀਤੀ ਇਹ ਇੱਕ ਪੇਪਰ ਦੇ ਵਿੱਚ ਆਇਆ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਾਸ਼ਾ ਨੀਤੀ ਜਿਹੜਾ ਆਪਣੇ ਕੋਲੇ ਲੇਖ ਹੈ ਕਿੰਨਾ ਦੀ ਰਚਨਾਗੀ ਤਾਂ ਇਹ ਆਪਣੇ ਕੋਲ ਸਰਦਾਰ ਕਪੂਰ ਸਿੰਘ ਦੀ ਰਚਨਾ ਹੈ ਤੇ ਉਹਨਾਂ ਦੀ ਬਹੁ ਵਿਸਤਾਰ ਜਿਹੜੀ ਲੇਖਾਂ ਨਿਵੰਦ ਦੀ ਪੁਸਤਕ ਹੈ ਉਹਦੇ ਵਿੱਚ ਸ਼ਾਮਲ ਹੈ ਮਹਾਰਾਜਾ ਰਣਜੀਤ ਸਿੰਘ ਦੀ ਬਾਸ਼ਾ ਨੀਤੀ ਅੱਗੇ ਇਹਨਾਂ ਦੀ ਆਪਣੇ ਕੋਲੇ ਪੁਸਤਕ ਆਉਂਦੀ ਹੈ ਜੀ ਸੱਚੀ ਸਾਖੀ ਇਹ ਇਹਨਾਂ ਦੀ ਇੱਕ ਤਰ੍ਹਾਂ ਦੀ ਵਿਵਾਦ ਗ੍ਰਸਤ ਪੁਸਤਕ ਹੈ ਕਿ ਸੱਚੀ ਸਾਖੀ 1974 ਦੇ ਵਿੱਚ ਆਉਂਦੀ ਹੈ ਸਵੈ ਜੀਵਨੀ ਮੂਲਕ ਰਚਨਾਗੇ ਠੀਕ ਹੈ ਜਿਹੜਾ ਸप्त श्रृੰਗ ਹੈ ਉਹ ਚ ਮਹਾਪੁਰਸ਼ਾਂ ਦੀਆਂ ਜੀਵਨੀਆਂ ਨੂੰ ਸ਼ਾਮਲ ਕੀਤਾ ਗਿਆ ਤੇ ਜਿਹੜੀ ਸਾਚੀ ਸਾਖੀ ਹੈ ਇਹ ਇਹਨਾਂ ਦੀ ਸਵੈ ਜੀਵਨੀ ਮੂਲਕ ਰਚਨਾ ਹੈ ਕਿ ਇਹ ਇਹਦੇ ਚ ਕੀ ਸ਼ਾਮਲ ਕੀਤਾ ਗਿਆ ਕਿਵੇਂ ਦੀ ਰਚਨਾ ਹੈ ਸਵੈ ਜੀਵਨੀ ਮੂਲਕ ਜਿਸ ਦੇ ਵਿੱਚ ਜੀਵਨ ਦੀਆਂ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ਸਵੈ ਜੀਵ ਸਵੈ ਜੀਵਨੀ ਹੁੰਦੀ ਉਹੀ ਹੈ ਜਿਹਦੇ ਚ ਜੀਵਨ ਦੀਆਂ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ਹੁੰਦਾ ਹੈ ਇੱਕ ਇਹਦੇ ਵਿੱਚ ਇੰਪੋਰਟੈਂਟ ਚੀਜ਼ ਇਹ ਹੈ ਕਿ ਜਿਹੜਾ ਇਹਦਾ ਮੁਖ ਬੰਦ ਦਾ ਨਾ ਉਹ ਗੰਡਾ ਸਿੰਘ ਨੇ ਲਿਖਿਆ ਹੋਇਆ ਠੀਕ ਹੈ ਜੀ ਮੁਖ ਬੰਦ ਗੰਡਾ ਸਿੰਘ ਦਾ ਲਿਖਿਆ ਹੋਇਆ ਹੈ ਇਹ ਮੈਂ ਤੁਹਾਨੂੰ ਬੈਲ ਨਹੀਂ ਦੱਸਤਾ ਸੀ ਕਿ ਇਹਨਾਂ ਦੀ ਵਿਵਾਦ ਗ੍ਰਸਤ ਪੁਸਤਕ ਹੈ ਠੀਕ ਹੈ ਤਾਂ ਵਿਵਾਦ ਗ੍ਰਸਤ ਪੁਸਤਕ ਕਿਉਂ ਹੈ ਕਿਉਂਕਿ ਇਹਦੇ ਵਿੱਚ ਪੰਜਾਬ ਦੇ ਰਾਜ ਸੀ ਤੇ ਇਤਿਹਾਸ ਦਾ ਵਿਸ਼ਲੇਸ਼ਣ ਕੀਤਾ ਗਿਆ ਕਿਉਂਕਿ ਅਤੇ ਕਈ ਥਾਈਂ ਰਾਸ਼ਟਰੀ ਇਤਿਹਾਸ ਨੂੰ ਵੰਗਾਰਿਆ ਗਿਆ ਰਾਸ਼ਟਰੀ ਇਤਿਹਾਸ ਦੀ ਗੱਲ ਕੀਤੀ ਗਈ ਹੈ ਰਾਜਸੀ ਇਤਿਹਾਸ ਦਾ ਜਿਹੜਾ ਹੈਗਾ ਵਿਸ਼ਲੇਸ਼ਣ ਕੀਤਾ ਗਿਆ ਹੈਗਾ ਤੱਪਗਤ ਸਿੰਘ ਲਾਲਾ ਲਾਜਪਤ ਰਾਏ ਵੀ ਇਹਦੇ ਵਿੱਚ ਲਿਖਿਆ ਗਿਆ ਤਾਂ ਇਸ ਰਚਨਾ ਤੇ આરોਪ ਕੀ ਲੱਗਦਾ ਵਿਵਾਦ ਕਿਉਂ ਖੜਾ ਹੁੰਦਾ ਵਿਦਵਾਨਾਂ ਦਾ ਮੰਨਣਾ ਹੈ ਕਿ ਇਸ ਰਚ ਇਹ ਰਚਨਾ ਹਿੰਦੂ ਸਿੱਖਾਂ ਦੇ ਵਿੱਚ ਵਿਵਾਦ ਖੜਾ ਕਰਦੀ ਹੈ ਤਾਂ ਹੀ ਕਰਕੇ ਰਚਨਾ ਜਿਹੜੀ ਹੈਗੀ ਹੈ ਵਿਵਾਦ ਗਰਸਤ ਰਚਨਾਗੀ ਤਾਂ ਤੁਹਾਨੂੰ ਪੁੱਛਿਆ ਜਾਵੇ ਕਿ ਰਾਜ ਸੀ ਜਿਹੜਾ ਹੈਗਾਗਾ ਰਾਜਨੀਤ ਤਤ ਕਾਲੀ ਰਾਜਨੀਤਕ ਵਿਧੀਆਂ ਬਾਰੇ ਵਿਰੋਧ ਕਿਹੜੀ ਪੁਸਤਕ ਦੇ ਵਿੱਚ ਕੀਤਾ ਗਿਆ ਪੇਪਰ ਚ ਕੁਐਸਚਨ ਆਇਆ ਸੀ ਇੱਕ ਵਾਰ ਕੇ ਤਤਕਾਲੀ ਰਾਜਨੀਤਿਕ ਵਧਿਕੀਆਂ ਬਾਰੇ ਵਿਦਰੋਹ ਕਿਹੜੀ ਪੁਸਤਕ ਦੇ ਵਿੱਚ ਕੀਤਾ ਗਿਆ ਤਾਂ ਸੱਚੀ ਸਾਖੀ ਦੇ ਵਿੱਚ ਇਹ ਚੀਜ਼ ਹੋਈ ਹੋਗੀ ਹੈ ਧਿਆਨ ਨਾਲ ਤੁਸੀਂ ਇਹਨੂੰ ਯਾਦ ਕਰ ਲੈਣਾ ਸੱਚੀ ਸਾਖੀ ਨੂੰ ਅੱਗੇ ਦੇਖਦੇ ਹਾਂ ਜੀ ਆਪਾਂ ਨਾਲ ਦੀਆਂ ਕੁਝ ਹੋਰ ਮਹੱਤਵਪੂਰਨ ਰਚਨਾਵਾਂ ਤਾਂ ਅਗਲੀ ਆਪਣੇ ਕੋਲ ਇਹਨਾਂ ਦੀ ਮਹੱਤਵਪੂਰਨ ਰਚਨਾਉਂਦੀ ਹੈ ਜੀ ਵਿਖਮੇ ਅੰਮ੍ਰਿਤ 2001 2021 ਨਹੀਂ ਸੌਰੀ ਜੀ 2001 ਤਾਂ 2001 ਦੇ ਵਿੱਚ ਹੀ ਸ਼ਬਦ ਦੀ ਹੈ ਮਰਨ ਉਪਰੰਤ ਇਹ ਨਵੀਂ ਰਚਨਾ ਜਿਹੜੀ ਹੈਗੀ ਹੈ ਛਪੀ ਹੈਗੀ ਹੈ ਵਿਖਮੇ ਅਮਰਤ ਠੀਕ ਹੈ ਜੀ ਇਹਦੇ ਵਿੱਚ ਕੀ ਸ਼ਾਮਲ ਕੀਤਾ ਗਿਆ ਇਹਦੇ ਵਿੱਚ ਇਹਨਾਂ ਨੇ ਰਾਜਨੀਤਿਕ ਮਸਲਿਆਂ ਦੇ ਉੱਪਰ ਜਿੰਨੇ ਵੀ ਭਾਸ਼ਣ ਦਿੱਤੇ ਹੈ ਜਾਂ ਕਹਿ ਲਓ ਜਿਹੜੇ ਪ੍ਰਸਿੱਧ ਭਾਸ਼ਣ ਦਿੱਤੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਵਿਖਮੇ ਅਮਰਤ ਦੇ ਵਿੱਚ 2001 ਦੇ ਵਿੱਚ ਇਹਨਾਂ ਦੇ ਮਰਨ ਉਪਰੰਤ ਜਿਹੜੀ ਹੈਗੀ ਹੈ ਇਹ ਆਪਣੇ ਕੋਲ ਛਪਦੀ ਅਬਸਤਕ ਤੇ ਇਹਦੇ ਵਿੱਚ ਉਹਨਾਂ ਦੇ ਪਾਸ਼ਨ ਨੂੰ ਬਸ ਇਹਦੇ ਵਿੱਚੋਂ ਤੁਸੀਂ ਪਾਸ਼ਨ ਨੂੰ ਯਾਦ ਰੱਖਣਾ ਹੈ ਕਿ ਪਾਸ਼ਨ ਨੂੰ ਕਿਹੜੀ ਪੁਸਤਕ ਦੇ ਵਿੱਚ ਸ਼ਾਮਲ ਕੀਤਾ ਗਿਆ ਹੈਗਾ ਵਿਖਮੇ ਅੰਮ੍ਰਿਤ ਦੇ ਵਿੱਚ ਅੱਗੇ ਇਹਨਾਂ ਦੀ ਇੱਕ ਹੋਰ ਪ੍ਰਸਿੱਧ ਪੁਸਤਕ ਹੈ ਜੀ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ ਇਹ 2007 ਦੇ ਵਿੱਚ ਛਪੀ ਹੈ ਇਹ ਵੀ ਇਹਨਾਂ ਦੀ ਪੁਸਤਕ ਮਰਨ ਉਪਰੰਤ ਜਿਹੜੀ ਹੈਗੀ ਹੈ ਛਪੀ ਹੋਈ ਹੈ ਤਾਂ ਇਹਨਾਂ ਦੀ ਪੁਸਤਕ ਦੇ ਵਿੱਚ ਕੀ ਸ਼ਾਮਲ ਕੀਤਾ ਗਿਆ ਕੁਐਸਨ ਇਹਨਾਂ ਦੇ ਜਦੋਂ ਇਹਨਾਂ ਦੀ ਡੈਥ ਹੋ ਗਈ ਤੇ ਏਦੋਂ ਬਾਅਦ ਕੁਐਸਨ ਨਿਬੰਧ ਇਹਨਾਂ ਦੇ ਅਣਗੋਲੇ ਰਹਿ ਗਏ ਸੀ ਜਿਹੜੇ ਪਾਠਕਾਂ ਦੀਆਂ ਨਜ਼ਰਾਂ ਤੋਂ ਜਾ ਮਤਲਬ ਪੰਜਾਬੀ ਸਾਹਿਤ્ય ਖੇਤਰ ਦੇ ਵਿੱਚ ਨਹੀਂ ਆਈ ਸੀਗੇ ਤਾਂ ਉਹਨਾਂ ਅਣਗੌਲੇ ਨਿਵੰਧਾਂ ਨੂੰ ਸ਼ਾਮਲ ਕੀਤਾ ਗਿਆ ਜੀ ਰਾਜ ਕਰੇਗਾ ਖਾਲਸਾ ਦੇ ਵਿੱਚ ਤੇ ਕਿਹਨਾਂ ਨੇ ਸ਼ਾਮਲ ਕੀਤਾ ਇਹ ਗੁਰਮukh ਸਿੰਘ ਨੇ ਸ਼ੱਕਿਆ ਇਹਨਾਂ ਨੂੰ ਠੀਕ ਹੈ ਗੁਰਮukh ਸਿੰਘ ਨੇ ਬੁਖਸ਼ਿਆ ਇਹਦੇ ਜਿਨ੍ਹਾਂ ਦੇ ਅਣਗੌਲੇ ਨਿਵੰਧਾਂ ਨੂੰ ਸ਼ਾਮਲ ਕੀਤਾ ਗਿਆ ਹੈ ਅੱਗੇ ਨਾਲ ਦੇ ਇੱਕ ਹੋਰ ਪ੍ਰਸਿੱਧ ਆਪਣੀ ਕੁਲੇ ਰਚਨਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ ਇਹਨਾਂ ਦੀ ਬਹੁਤ ਹੀ ਪ੍ਰਸਿੱਧ ਰਚਨਾ ਹੈਗੀ ਹੈ ਜਿਹੜੀ ਕਿ ਆਪਣੇ ਕੋਲੇ 2010 ਦੇ ਵਿੱਚ ਆਬਦੀ ਹੈ ਇਹਨੂੰ ਸ਼ਾਕਰ ਰਚਨਾ ਕਿਹਾ ਜਾਂਦਾ ਹੈ ਅਗਰ ਤੁਹਾਨੂੰ ਪੁੱਛਿਆ ਜਾਵੇ ਕਿ ਸਰਦਾਰ ਕਪੂਰ ਸਿੰਘ ਦੀ ਸ਼ਾਕਰ ਰਚਨਾ ਕਿਹੜੀ ਹੈ ਤਾਂ ਆਪਣੇ ਕੋਲ ਆਏਗੀ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਸਾਖੀ ਯਾਦ ਰੱਖਣਾ ਇਹ ਆਪਣੇ ਕੋਲ ਜਿਹੜੀ ਹੈ ਕਿ ਇਹ 2010 ਦੇ ਵਿੱਚ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਵਿਸਾਖੀ ਪੁਸਤਕ ਅਗਿਆਂ ਨਾਲ ਦੀ ਇੱਕ ਹੋਰ ਪ੍ਰਸਿੱਧ ਪੁਸਤਕ ਹੈ ਆਪਣੇ ਕੋਲ ਕਮਿਊਨਲ ਅਵਾਰਡ ਇਹ ਉਹਨਾਂ ਦੀ ਅੰਗਰੇਜ਼ ਨੀਤੀ ਤੇ ਆਧਾਰਿਤ ਪੁਸਤਕ ਹੈ ਤਾਂ ਇਹਨਾਂ ਦੀ ਅੰਗਰੇਜ਼ ਨੀਤੀ ਤੇ ਆਧਾਰਿਤ ਪੁਸਤਕ ਕਿਹੜੀ ਹੈ ਜੀ ਕਮਿਊਨਲ ਅਵਾਰਡ ਇੱਕ ਪੁਸਤਕ ਇਹਨਾਂ ਦੀ ਹੋਰ ਹੈਗੀ ਹੈ ਜਿਹੜੀ ਕਿ ਇੰਪੋਰਟੈਂਟ ਹੈ ਕਾਉ ਪੁਸਤਕ ਹੈ ਉਹਦਾ ਨਾਮ ਆਪਣੇ ਕੋਲ ਹੈਗਾ ਜੀ ਹਸ਼ੀਸ਼ ਠੀਕ ਹੈ ਮੈਂ ਇੱਥੇ ਨੋਟ ਨਹੀਂ ਕੀਤਾ ਪਰ ਤੁਸੀਂ ਇਹਨੂੰ ਨੋਟ ਕਰ ਲਿਆ ਨਾ ਹਸ਼ੀਸ਼ ਜਿਹੜੀ ਇਹਨਾਂ ਦੀ ਹੈਗੀ ਉਹ ਆਪਣੇ ਕੋਲ ਕਾਉ ਪੁਸਤਕ ਹੈ ਠੀਕ ਹੈ ਜੀ ਅੱਗੇ ਇਹਨਾਂ ਬਾਰੇ ਇੱਕ ਬਹੁਤ ਹੀ ਇੰਪੋਰਟੈਂਟ ਜਿਹੜੀ ਹੈਗੀ ਟਿੱਪਣੀ ਹੈ ਜਿਹੜੀ ਕਿ ਆਪਣੇ ਪੰਜਾਬੀ ਦੇ ਪ੍ਰਸਿੱਧ ਵਾਰਤਕਕਾਰ ਤੇਜਾ ਸਿੰਘ ਨੇ ਦਿੱਤੀ ਹੈ ਤਾਂ ਤੇਜਾ ਸਿੰਘ ਇਹਨਾਂ ਨੂੰ ਕੀ ਕਹਿੰਦੇ ਐ ਉਹ ਕਹਿੰਦੇ ਕਪੂਰ ਸਿੰਘ ਇੱਕ ਖੋਜੀ ਲਖਾਰੀ ਹੈ ਅਤੇ ਉਸ ਦੀ ਖੋਜ ਦਾ ਦਾਇਰਾ ਅਮੁਕ ਹੈ ਇਹ ਕੋਟੇਸ਼ਨ ਬਹੁਤ ਹੀ ਇੰਪੋਰਟੈਂਟ ਹੈ ਇਹਨੂੰ ਤੁਸੀਂ ਯਾਦ ਕਰਨਾ ਕਿ ਤੇਜਾ ਸਿੰਘ ਨੇ ਕਿਹਾ ਸਰਦਾਰ ਕਪੂਰ ਸਿੰਘ ਇੱਕ ਖੋਜੀ ਲਖਾਰੀ ਹੈ ਅਤੇ ਉਸ ਦੀ ਖੋਜ ਦਾ ਜਿਹੜਾ ਦਾਇਰਾ ਹੈ ਉਹ ਅਮੁਕ ਹੈ ਇਹ ਸੀਗੇ ਜੀ ਆਪਣੇ ਜਿਹੜੇ ਅੱਜ ਦੇ ਵਾਰਤਕਕਾਰ ਨੇ ਸਰਦਾਰ ਕਪੂਰ ਸਿੰਘ ਆਈਏਐਸ ਠੀਕ ਹੈ ਜੀ ਇਹਨਾਂ ਨਾਲ ਸੰਬੰਧਿਤ ਇੱਕ ਦੋ ਕੁਐਸਚਨ ਹੈ ਜਿਵੇਂ ਮੈਂ ਤੁਹਾਨੂੰ ਕੁਐਸਚਨ ਦੱਸ ਰਹੀ ਹਾਂ ਕਿ ਇਹਨਾਂ ਨੇ ਇਤਿਹਾਸਿਕ ਧਾਰਮਿਕ ਸਾਹਿਤਿਕ ਤੇ ਸੱਭਿਆਚਾਰਕ ਤੇ ਆਪਣੇ ਕੋਲੇ ਕੰਮ ਕੀਤਾ ਤੇ ਸਾਰਾ ਕੁਝ ਇਹ ਕਿਹੜੀ ਪੁਸਤਕ ਦੇ ਵਿੱਚ ਸ਼ਾਮਲ ਕੀਤਾ ਗਿਆ ਇਹਨਾਂ ਦਾ ਪੁੰਦ੍ਰਿਕ ਪੁਸਤਕ ਦੇ ਵਿੱਚ ਠੀਕ ਹੈ ਜੀ ਪਹਿਲੀ ਵਾਰੀ ਵਿਗਿਆਨਿਕ ਲੇਖ ਕਿ ਇਹਨਾਂ ਨੇ ਲਿਖਿਆ ਲਖ ਅਗਸ ਅਗਸ ਆਪਣੇ ਕੋਲੋਂ ਦੇ ਹੈ ਜੀ ਸਰਦਾਰ ਕਪੂਰ ਸਿੰਘ ਤਾਂ ਇੱਕ ਵਾਰੀ ਫਿਰ ਆਪਾਂ ਇਹਨਾਂ ਨੂੰ ਡਿਸਕਸ ਕਰਦੇ ਆ ਜਿਹੜੇ ਇੰਪੋਰਟੈਂਟ ਕੁਐਸਚਨ ਇਹਦੇ ਚੋਂ ਹੈਗੇ ਆ ਜਿਹੜੇ ਬਣ ਸਕਦੇ ਹੋ ਮੈਂ ਤੁਹਾਨੂੰ ਦੱਸ ਦਿੰਨੀ ਆ ਜੀਵਨ ਕਾਲ ਤੇ ਜਨਮ ਸਬੰਧੀ ਕੁਐਸਚਨ ਬਣ ਜਾਂਦਾ ਹੈ ਜੀ ਪਾਲ ਕਾਲ ਤੇ ਪੜਾਅ ਸਬੰਧੀ ਕੁਐਸਚਨ ਆ ਜਾਂਦਾ ਹੈ ਪੜਾਅ ਇਹ ਤੀਸਰੇ ਦੇ ਹੈ ਕਾਲ ਇਹ ਨਵੀਨ ਕਾਲ ਦੇ ਹੈ ਠੀਕ ਹੈ ਜੀ ਆਹ ਵਾਲਾ ਪੁਆਇੰਟ ਤਿੰਨੋਂ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇੱਕ ਤਾਂ ਇਹਨਾਂ ਨੂੰ ਪ੍ਰੋ ਡਰੂਪ ਦੀ ਬૌਧਿਕ ਤੇ ਸੁਗਿਆਨ ਸ਼ੈਲੀ ਦਾ ਵਾਧਾ ਹੋਇਆ ਸਰਦਾਰ ਕਪੂਰ ਸਿੰਘ ਕਰਕੇ ਇੱਕ ਇਹਨਾਂ ਨੂੰ ਬੁੱਧੀਜੀਵੀ ਲੇਖਕ ਕਿਹਾ ਜਾਂਦਾ ਹੈ ਇਨਾਂ ਨੂੰ ਸਿੱਖ ਦਰਸ਼ਨ ਦਾ ਉਗਰਵਾਦੀ ਵਿਆਖਿਆਕਾਰ ਕਿਹਾ ਜਾਂਦਾ ਹੈ ਠੀਕ ਹੈ ਜੀ ਰਾਜਨੀਤਿਕ ਜਾਣਕਾਰੀ ਇਹਨਾਂ ਦੀ ਜਿਹੜੀ ਕਿ ਮੈਂ ਤੁਹਾਨੂੰ ਹੁਣੇ ਦੱਸ ਚੁੱਕੀ ਹਾਂ ਤੇ ਅੱਗੇ ਕੀ ਇਹਨਾਂ ਕੋਲੇ ਨੈਸ਼ਨਲ ਪ੍ਰੋਫੈਸਰ ਆਫ ਸਿੱਖ ਅਸਮ ਦੀ ਉਪਾਧੀ ਵੀ ਇਹਨਾਂ ਨੂੰ ਮਿਲੀ ਹੈ ਠੀਕ ਹੈ ਜੀ ਅੱਗੇ ਇਹਨਾਂ ਦੀਆਂ ਰਚਨਾਵਾਂ ਥੋੜੀਆਂ ਰਚਨਾਵਾਂ ਇਹਨਾਂ ਨੂੰ ਆਈਏਐਸ ਹੋਣ ਕਰਕੇ ਇਹਨਾਂ ਕੋਲੇ ਜਿਹੜਾ ਰਚਨਾ ਕਰਨ ਦਾ ਸਮਾਂ ਸੀ ਉਹ ਘੱਟ ਸੀਗਾ ਠੀਕ ਹੈ ਜੀ ਤੈਨਾਂ ਦੀ ਜਿਹੜੀ ਰਚਨਾ ਕੀ ਬਹੁਤ ਹੀ ਲਿਮਟਿਡ ਹੈ ਰਜੀਵਿਆਂ ਹੋਣ ਕਰਕੇ ਇਹਨਾਂ ਦਾ ਬਹੁਤ ਆ ਜਿਆਦਾ ਸਾਹਿਤ ਮੇਨਾਂ ਤੋਂ ਰਚਿਆ ਗਿਆ ਲਿਮਟਿਡ ਹੈ ਬਟ ਜਿੰਨੀ ਹੈਗੀ ਇਹ ਬਹੁਤ ਜਿਆਦਾ ਇੰਪੋਰਟੈਂਟ ਹੈ ਇਹਦੇ ਵਿੱਚੋਂ ਹੀ ਪੇਪਰ ਦੇ ਵਿੱਚ ਕੁਐਸਚਨ ਜਿਹੜਾ ਹੈ ਬਣ ਜਾਂਦਾ ਹੈਗਾ ਤੇ ਰਚਨਾਵਾਂ ਕਿਹੜੀਆਂ ਸप्तसृंग ਪੁੰਦ੍ਰਿਕ ਬੋਵਿਸਤਾਰ ਸੱਚੀ ਸਾਖੀ ਠੀਕ ਹੈ ਜਿੰਨੀ ਡਿਟੇਲ ਮੈਂ ਤੁਹਾਨੂੰ ਇਹਨਾਂ ਦੀ ਦਿੱਤੀ ਹੋਈ ਹੈ ਤੁਸੀਂ ਇਹਨੂੰ ਚੰਗੀ ਤਰੀਨਾ ਯਾਦ ਕਰ ਲੈਣਾ ਹੈ ਆ ਇਹਨਾਂ ਦੀਆਂ ਪੁਸਤਕ ਨੇ ਜੀ ਬਖਵੇਂ ਅਮਰਤ ਰਾਜ ਕਰੇਗਾ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦੀ ਵਿਸਾਖੀ ਯਾਦ ਰੱਖਣਾ ਇਹਨਾਂ ਦੀ ਸ਼ਾ ਕਰ ਰਚਨਾ ਹੈਗੀ ਠੀਕ ਹੈ ਜੀ ਅੱਗੇ ਆਪਣੇ ਕੋਲ ਇਹਨਾਂ ਦਾ ਟਿੱਪਣੀ ਹੈ ਠੀਕ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਨੇ ਜਿਹੜੀ ਕਿ ਦਿੱਤੀ ਹੈ ਖੋਜੀ ਲਖਾਰੀ ਤੇ ਖੋਜ ਦਾ ਅਮੁੱਖ ਦਾਇਰਾ ਹੈ ਇਹਨਾਂ ਦਾ ਠੀਕ ਹੈ ਜੀ ਤਾਂ ਇਹਨਾਂ ਕਰਦੇ ਹੋ ਇੱਥੇ ਆਪਣੇ ਜਿਹੜੇ ਅੱਜ ਦਾ ਲੈਕਚਰ ਹੈ ਉਹ ਖਤਮ ਹੁੰਦਾ ਹੈ ਸਰਦਾਰ ਕਪੂਰ ਸਿੰਘ ਦੇ ਨਾਲ ਸੰਬੰਧਿਤ ਜਿੰਨੀ ਵੀ ਜਾਣਕਾਰੀ ਹੈ ਇਸ ਲੈਕਚਰ ਦੇ ਵਿੱਚ ਤੁਸੀਂ ਇਸ ਲੈਕਚਰ ਤੋਂ ਹਾਸਲ ਕਰ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਕਿ ਜਿਹੜੀ ਨੈਕਸਟ ਆਪਣੇ ਕੋਲ ਵੀਡੀਓ ਆਵੇਗੀ ਉਹਦਾ ਤੁਹਾਨੂੰ ਪਤਾ ਚੱਲ ਸਕੇ ਤੱਕ ਅਗਲੀ ਆਪਾਂ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਜੀ ਅਗਲੇ ਵਾਰ ਤੱਕ ਕਰ ਧੰਨਵਾਦ